एक बार फिर तो हाजरी जी तुहाडे सारे नाल प्रोग्राम प्राइम हैल्थ दे विच मैं गुरप्रीत संधावालिया ते असी कोशिश करदे हां कि भी जिहड़ा खाण पान है अपना उहनूं आपां थोड़ा जिहा सुधार लईए ते बाद दे विच जिहड़ियां खाने तो पहला खाने दे नाल खाने तो बाद दवाइयां खानियां पैंदियां उहनां तों बच जईए। इस करके जिहड़ा खाण पान है उहनूं ही आपां अपनी दवा बना लईए एक तरह की। सो ये कोशिश इस प्रोग्राम दे विच हुंदी आ ते बाकी जिहड़े कोई थोड़े सवाल हुंदे ने होर कई तरह दीआं चीज़ां जिहड़ियां कि मासिज़ नूं यानी कि वड्डे लैवल दे उपर परिवारां दे नाल संबंधित हुंदियां ने वो गल्लां करी दीआं ने। नाल अपने डॉक्टर हरिदमन सिंह माल होरी हुंदे आ, माल साहब दा स्वागत करदे हां। डॉक्टर साहब बहुत बहुत स्वागत जी। बहुत मेहरबानी, शुक्रिया मेरे वल्लों। आप सब नूं फतेह अर साहब, सत श्री अकाल, नमस्कार, आदाब अर्ज करदा ते तुहाडी गुड ईवनिंग पेश है जी। डॉक्टर साहब गल ये आ जी कि ਤੁਹਾਡਾ ਮੇਰਾ ਵਾਅਦਾ ਇਹ ਸੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਿ ਜਿਹੜੀ ਆਪਾਂ ਸਬਜ਼ੀ ਬਣਾਉਂਦੇ ਉਹਦੇ 'ਚ ਪਾਉਂਦੇ ਹਾਂ ਗਰਮ ਮਸਾਲਾ ਅਤੇ ਇੱਕ ਤੁਸੀਂ ਦੱਸਿਆ ਸੀ ਵੀ ਚਾਹ ਦਾ ਬਦਲ ਗਰਮ ਜਲ। ਇਹ ਵਾਹਵਾ ਪ੍ਰੋਗਰਾਮਾਂ ਤੋਂ ਆਪਾਂ ਕਹਿੰਦੇ ਆ ਰਹੇ ਹਾਂ ਕਿ ਵੀ ਆਪਾਂ ਉਹਦਾ ਢੰਗ ਤਰੀਕਾ ਤੁਹਾਨੂੰ ਦੱਸ ਦਿਆਂਗੇ, ਸਮਝਾ ਦਿਆਂਗੇ। ਸੋ ਮੈਨੂੰ ਐਂ ਲੱਗਦਾ ਵੀ ਅੱਜ ਸ਼ਾਇਦ ਆਪਾਂ ਇਹਦੇ 'ਚ ਕਾਮਯਾਬ ਹੋ ਜਾਈਏ ਕਿ ਨਹੀਂ ਜੀ? ਬਿਲਕੁਲ ਦਰੁਸਤ ਹੈ ਜੀ, ਤੁਹਾਡਾ ਹੁਕਮ ਸਿਰ ਮੱਥੇ 'ਤੇ। ਗਰਮ ਮਸਾਲਾ ਅਤੇ ਗਰਮ ਜਲ ਅੱਜ ਦੀ ਜ਼ਰੂਰਤ ਹੈ, ਖਾਸ ਕਰਕੇ ਵੈਸੇ ਤਾਂ ਮੁੱਢ ਕਦੀਮ ਤੋਂ ਇਨਸਾਨ ਦੇ ਜੰਮਣ ਤੋਂ ਲੈ ਕੇ ਆਖਰੀ ਸਾਹ ਤੱਕ ਇਹਨਾਂ ਦੋਨਾਂ ਚੀਜ਼ਾਂ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਮਸਾਲੇ ਅਸੀਂ ਕਹਿ ਦਿੱਤਾ, ਜੜੀਆਂ ਬੂਟੀਆਂ ਨੇ ਕਹਿ ਦਿੰਦੇ ਹਾਂ, ਲੇਕਿਨ ਇਹਨਾਂ ਦੇ ਵਿੱਚ ਬਾਡੀ ਦਾ ਇਮਿਊਨ ਸਿਸਟਮ ਉੱਚਾ ਕਰਨ ਵਾਸਤੇ ਜੋ ਵੀ ਚੀਜ਼ਾਂ ਪਾਈਆਂ ਹੁੰਦੀਆਂ ਉਹ ਸਾਡੇ ਸਰੀਰ ਦੀ ਆਕਸੀਜਨ ਕੈਰਿੰਗ ਕਪੈਸਿਟੀ, ਜਿਹਨੂੰ ਅਸੀਂ ਦੂਜੇ ਲਫਜ਼ਾਂ 'ਚ ਕਹਿ ਲਓ ਕਿ ਬਿਮਾਰੀ ਨਾਲ ਲੜਨ ਦੀ ਸਮਰੱਥਾ ਔਰ ਤੰਦਰੁਸਤ ਰਹਿਣਾ, ਰਿਸ਼ਟ ਪੁਸ਼ਟ ਰਹਿਣਾ, ਐਕਟਿਵ, ਲੰਬੀ ਉਮਰ 'ਚ ਵੀ ਤੁਸੀਂ ਵੱਡੇ ਹੈਵੀ ਕੰਮ ਕਰਨ ਦੇ ਕਾਬਲ ਹੁੰਦੇ ਹੋ, ਕਿਉਂਕਿ ਤੁਹਾਡਾ ਇਮਿਊਨ ਸਿਸਟਮ, ਤੁਹਾਡੇ ਕੋਲ ਤਾਕਤ ਚੰਗੀ ਹੈ। ਸੋ ਇਹ ਦੋਨੋਂ ਚੀਜ਼ਾਂ ਦੇ ਵਿੱਚ ਜੋ ਚੀਜ਼ਾਂ ਪਾਈਆਂ ਹੁੰਦੀਆਂ ਉਹ ਸਾਡੇ ਸਰੀਰ ਦੀ ਆਕਸੀਜਨ ਕੈਰਿੰਗ ਕਪੈਸਿਟੀ ਵਧਾਉਂਦੇ। ਬਿਲਕੁਲ ਠੀਕ। ਅਤੇ ਡਾਕਟਰ ਸਾਹਿਬ ਅੱਜ ਫਿਰ ਆਪਾਂ ਸ਼ੁਰੂਆਤ ਕਰੀਏ ਪਹਿਲਾਂ ਗਰਮ ਮਸਾਲੇ ਤੋਂ। ਆਮ ਤੌਰ 'ਤੇ ਵੈਸੇ ਤਾਂ ਜਿੱਦਾਂ ਤੁਸੀਂ ਦੱਸਦੇ ਸਮਝਾਉਂਦੇ ਹੋ ਕੁਝ ਵੱਖਰਾ ਤਰੀਕਾ, ਪਰ ਹੁਣ ਜੋ ਮੋਸਟਲੀ ਟਰੈਂਡ ਬਣ ਗਿਆ ਉਹ ਇਹ ਬਣ ਗਿਆ ਵੀ ਇਹ ਫਲਾਨੀ ਸਬਜ਼ੀ ਦਾ ਮਸਾਲਾ, ਇਹ ਢਿੰਗੜੀ ਦਾ ਮਸਾਲਾ, ਇਹਦੇ ਨਾਲ ਆਹ ਵਧੀਆ ਬਣਦਾ, ਇਹਦੇ ਨਾਲ ਉਹ ਵਧੀਆ ਬਣਦਾ, ਡੱਬੀ 'ਚ ਪੈਕ ਹੋਇਆ ਮਿਲਦਾ, ਹੁਣ ਨਾ ਉਹ ਪਤਾ ਲੱਗੇ ਵੀ ਇਹਦੇ 'ਚ ਕਿਹੜਾ ਮਸਾਲਾ ਘੋਟਿਆ ਕਿਹੜਾ ਨਹੀਂ ਘੋਟਿਆ। ਇਸ ਕਰਕੇ ਅਸੀਂ ਬਸ ਸੱਤ ਬਚਨ ਕਹਿ ਕੇ ਮੰਨ ਲਈਦਾ ਵੀ ਜੇ ਡੱਬੀ ਦੇ ਬਾਹਰ ਲਿਖਿਆ ਵੀ ਇਹ ਗਰਮ ਮਸਾਲਾ ਤਾਂ ਇਹ ਹੋਊਗਾ ਜੀ, ਪਰ ਉਹ ਕਿੰਨਾ ਕੁ ਸਹੀ ਆ ਅਤੇ ਕਿੰਨਾ ਕੁ ਗਲਤ ਉਹ ਵੀ ਸਮਝਾ ਦਿਓ, ਅਤੇ ਦੂਜਾ ਸਹੀ ਅਸਲ ਦੇ ਵਿੱਚ ਤਰੀਕਾ ਕੀ ਆ ਅਤੇ ਉਹਦੇ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਂਦੀਆਂ, ਆਪਾਂ ਉਹਦੇ ਵੱਲ ਵੀ ਚੱਲੀਏ। ਹੁਣ ਤੱਕ ਜਿੰਨੇ ਵੀ ਗਰਮ ਮਸਾਲਿਆਂ ਦਾ ਰੌਲਾ ਪੈਂਦਾ ਨਾ, ਉਹ ਸਾਰੇ ਦੇ ਸਾਰੇ ਪਾਊਡਰ ਫੋਰਮ 'ਚ ਆਉਂਦੇ ਆ, ਔਰ ਡੱਬਿਆਂ ਦੇ ਉੱਤੇ ਵੱਖ ਵੱਖ ਟ੍ਰੇਡ ਨੇਮ, ਵੱਖ ਵੱਖ ਲੋਕਾਂ ਦੀ ਜੋ ਪ੍ਰਚਾਰ ਕਰਨ ਦੀ ਸਮਰੱਥਾ ਆ ਔਰ ਢੰਗ ਤਰੀਕੇ ਆ ਉਹ ਕਰਦੇ ਆ। ਪਹਿਲਾਂ ਸਿਧਾਂਤ ਤਾਂ ਇਹ ਆ ਕਿ ਜਿਹੜੇ ਵੀ ਗਰਮ ਮਸਾਲੇ ਨੂੰ ਤੁਸੀਂ ਤੋੜ ਦਿੱਤਾ, ਭੰਗ ਦਿੱਤਾ, ਪਾਊਡਰ ਪਾ ਕੇ ਡੱਬੀ 'ਚ ਬੰਦ ਕਰਤਾ, ਉਹਦੇ ਅਸੈਂਸ਼ੀਅਲ ਆਇਲ ਉੱਡ ਜਾਂਦੇ ਆ, ਉਹਦੀ ਜਿਹੜੀ ਹੀਲਿੰਗ ਕੈਲੀਬਰ ਕਪੈਸਿਟੀ ਆ ਉਹ ਵੈਨਿਸ਼ ਹੋ ਜਾਂਦੀ ਹੈ ਜੀ। ਸੋ ਹਮੇਸ਼ਾ ਜਦੋਂ ਕਿਤੇ ਵਰਤੋਂ ਕਰਨੀ ਹੋਵੇ ਉਸ ਵੇਲੇ ਖੜ੍ਹੇ ਮਸਾਲੇ ਜਾਂ ਸਾਬਤ ਮਸਾਲਿਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜਾ ਕਿ ਸਬਜ਼ੀ ਭਾਜੀ ਬਣਾਉਣ ਵੇਲੇ ਤੁਸੀਂ ਕੁੱਟ ਕੇ ਕੁੰਡਾ ਡੰਡਾ ਜ਼ਰੂਰ ਕਿਸੇ ਦਾ, ਅੱਜ ਕੱਲ੍ਹ ਤਾਂ ਬੜੇ ਛੋਟੇ ਛੋਟੇ ਆ ਗਏ ਮਿੰਨੀ ਨੇ, ਉਸ ਵੇਲੇ ਰਗੜ ਕੇ ਤੁਸੀਂ ਉਹਦੇ ਉੱਤੇ ਤਰੌਂਕਾ ਦਿਓ ਅਤੇ ਉਹਦੀ ਹੀਲਿੰਗ ਕਪੈਸਿਟੀ, ਉਹਦੀ ਥੈਰੇਪਿਊਟਿਕ ਵੈਲਿਊ ਕਾਇਮ ਰਹਿੰਦੀ ਆ। ਜਿਹੜੇ ਅਸੀਂ ਰਗੜ ਕੇ ਪੀਸ ਕੇ ਮੈਦੇ ਵਾਂਗੂ ਪਾਊਡਰ ਬਣਾ ਕੇ ਸੋਹਣੀਆਂ ਡੱਬੀਆਂ ਸੋਹਣੇ ਡੱਬਿਆਂ 'ਚ ਪਾ ਤੇ, ਉਹਦੇ 'ਚ ਸਵਾਦ ਤਾਂ ਥੋੜ੍ਹਾ ਬਹੁਤ ਆਏਗਾ, ਲੇਕਿਨ ਇਹ ਮੀਟ ਦਾ ਮਸਾਲਾ ਆ, ਇਹ ਮੱਛੀ ਦਾ ਮਸਾਲਾ ਆ, ਇਹ ਪਨੀਰ ਦਾ ਮਸਾਲਾ ਆ, ਇਹ ਛੋਲਿਆਂ ਦਾ ਮਸਾਲਾ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਕੁਦਰਤ ਨੇ ਸਾਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਹੋਈਆਂ ਉਹਦੇ ਵਿੱਚ ਟੇਸਟ ਇੰਪੋਰਟੈਂਟ ਨਹੀਂ ਹੈ, ਉਹਦੇ ਵਿੱਚ ਉਹਦੀ ਹੀਲਿੰਗ ਕਪੈਸਿਟੀ, ਉਹਦੇ ਵਿੱਚ ਉਹਦੀ ਕਿਊਰੇਟਿਵ ਕਪੈਸਿਟੀ ਉਹ ਜ਼ਿਆਦਾ ਅਹਿਮ ਅਤੇ ਜ਼ਿਆਦਾ ਇੰਪੋਰਟੈਂਟ ਆ। ਸੋ ਗਰਮ ਮਸਾਲਾ ਹਰ ਸਬਜ਼ੀ ਦੇ ਵਿੱਚ ਪੈਣਾ ਬਹੁਤ ਜ਼ਰੂਰੀ ਹੁੰਦਾ ਸੀ, ਕਿਉਂਕਿ ਸਬਜ਼ੀਆਂ ਭਾਜੀਆਂ ਖੂਹਾਂ ਤੋਂ ਆਉਂਦੀਆਂ ਸੀ, ਕਈ ਚੰਗੇ ਮੰਦੇ ਥਾਵਾਂ ਤੋਂ ਆਉਂਦੀਆਂ ਸੀ। ਅੱਜ ਕੱਲ੍ਹ ਤਾਂ ਮੈਂ ਵੇਖਿਆ ਕਿ ਬਹੁਤ ਵਾਰੀ ਨਦੀਆਂ ਨਾਲਿਆਂ ਦੇ ਉਹਦੇ 'ਚ ਕੁਛ ਵੀ ਆਉਂਦਾ ਹੋਵੇ ਉੱਥੋਂ ਧੋ ਕੇ ਲਿਆ ਕੇ ਮੰਡੀ 'ਚ ਸੋਹਣੀਆਂ ਲਿਸ਼ਕਾ ਕੇ ਵੇਚ ਦਿੰਦੇ ਆ। ਸੋ ਉਹਨੂੰ ਕਿਸੇ ਵੀ ਕਿਸਮ ਦੀ ਉਹਦੇ ਵਿੱਚ ਬੈਕਟੀਰੀਆ ਆ ਗਿਆ, ਵਾਇਰਸ ਆ ਗਿਆ, ਫੰਗਸ ਆ ਗਈ, ਉਹਨੂੰ ਮਾਰਨ ਦੇ ਸਮਰੱਥ ਹੁੰਦਾ ਸੀ ਸਾਡਾ ਤੜਕਾ, ਜਿਹਦਾ ਆਧਾਰ ਸਾਡੇ ਕੋਲ ਸਰੋਂ ਦਾ ਤੇਲ ਹੁੰਦਾ ਸੀ, ਕੋਸਟਲ ਏਰੀਆਜ਼ ਦੇ ਵਿੱਚ ਗਿਰੀ ਦਾ ਤੇਲ ਹੁੰਦਾ ਸੀ, ਖੋਪੇ ਦਾ ਤੇਲ ਹੁੰਦਾ ਸੀ ਜਾਂ ਕੋਕੋਨਟ ਆਇਲ ਹੁੰਦਾ ਸੀ, ਉਹ ਸਾਡਾ ਮੀਡੀਅਮ ਸੀ।
ਜਿਹੜਾ ਕਿ ਆਪਣੇ ਆਪ ਦੇ ਵਿੱਚ ਵੀ ਬਹੁਤ ਹੀਲਿੰਗ ਕਪੈਸਿਟੀ ਰੱਖਦਾ, ਉਹਦੇ ਵਿੱਚ ਜੋ ਅਸੀਂ ਸਮਾਨ ਪਾਉਂਦੇ ਸਾਂ। ਸੋ ਮੈਂ ਤੁਹਾਨੂੰ 11 ਚੀਜ਼ਾਂ ਲਿਖਾਉਣੀਆਂ ਨੇ, ਉਹਨਾਂ ਨੂੰ ਸਪਾਈਸਿਸ ਕਹਿ ਲਓ, ਉਹਨਾਂ ਨੂੰ ਹਰਬਸ ਕਹਿ ਲਓ, ਉਹਨਾਂ ਨੂੰ ਟੇਸਟ ਐਨਹੈਂਸਰਸ ਕਹਿ ਲਓ, ਉਹਨਾਂ ਨੂੰ ਕਲਰ ਦੇਣ ਵਾਲੇ ਕਹਿ ਲਓ, ਸਵਾਦ ਦੇਣ ਵਾਲੇ ਕਹਿ ਲਓ, ਲੇਕਿਨ ਜੋ ਸਾਡੀ ਪੁਰਾਤਨ ਹੈਲਥ ਵਿਜ਼ਡਮ ਆ ਉਹਦੇ ਵਿੱਚ ਹੈਗਾ, ਪਹਿਲਾਂ ਵੀ ਜ਼ਿਕਰ ਕਰੀਦਾ, ਰਸ ਗੁਣ ਵੀਰੀਆ ਵਿਪਾਕ, ਉਹਦੀ ਤਸੀਰ ਕੀ ਹੈ, ਉਹਦੇ ਨਿਊਟ੍ਰੀਐਂਟਸ ਕੀ ਨੇ, ਉਹਦੀ ਖੁਸ਼ਬੂ ਕੀ ਹੈ, ਉਹਦੇ ਕਲਰ ਕੀ ਨੇ, ਉਹਦਾ ਟੇਸਟ ਕੀ ਹੈ, ਇਹ ਬਹੁਤ ਅਹਿਮ ਚੀਜ਼ ਹੈ। ਇਹਨਾਂ ਚੀਜ਼ਾਂ ਦੇ ਵਿੱਚ ਲੁਕੀ ਹੋਈ ਹੈ ਥੈਰਾਪਿਊਟਿਕ ਵੈਲਿਊ। ਔਰ ਨਾਲ ਦੀ ਨਾਲ ਮੈਂ ਇਹ ਦੱਸਾਂ ਕਿ ਦੁਨੀਆ ਦੇ ਵਿੱਚ ਲੌਂਗ ਲਾਚੀ ਦਾ ਬੜਾ ਜ਼ਿਕਰ ਹੋਇਆ, ਲੌਂਗ ਲਾਚੀ ਦੇ ਉੱਤੇ ਗਾਣੇ ਵੀ ਬੜੇ ਬਣੇ ਆ। ਉਹ ਲੌਂਗ ਲਾਚੀ ਇਸ ਕਰਕੇ ਕਿ ਮੈਕਸੀਮਮ ਸਪਾਈਸਿਸ ਦੇ ਵਿੱਚ ਅਗਰ ਸਾਡੀ ਆਕਸੀਜਨ ਕੈਰਿੰਗ ਕਪੈਸਿਟੀ ਵਧਾਉਣ ਦੀ ਸਮਰੱਥਾ ਆ ਤਾਂ ਉਹ ਲੌਂਗ ਦੇ ਵਿੱਚ ਹੈ, ਉਹ ਦਾਲਚੀਨੀ ਦੇ ਵਿੱਚ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਨੋਟ ਕਰਵਾ ਦਿੰਦਾ। ਸੋ ਪਹਿਲੇ ਨੰਬਰ 'ਤੇ ਕਾਲੀ ਮਿਰਚ ਹੈ, ਜਿਹਨੂੰ ਪੁਰਾਤਨ ਸਮਿਆਂ ਦੇ ਵਿੱਚ ਬਲੈਕ ਗੋਲਡ ਕਹਿੰਦੇ ਸੀ। ਇਹੀ ਕਾਰਨ ਸੀ ਸਾਡੇ ਕੋਲ ਸਭ ਤੋਂ ਪਹਿਲਾਂ ਪੁਰਤਗਾਲੀ ਆਏ, ਫਿਰ ਹੋਰ ਗੋਰੇ ਆਏ, ਫਿਰ ਅਸੀਂ ਗੁਲਾਮ ਹੋਏ, ਉਹ ਕਾਲੀ ਮਿਰਚ ਅਤੇ ਮਸਾਲਿਆਂ ਕਰਕੇ ਸਾਡੇ ਕੋਲ ਆਏ ਸੀ। ਸੋ ਪਹਿਲੇ ਨੰਬਰ 'ਤੇ ਕਾਲੀ ਮਿਰਚ ਹੈ, ਜਿਹਦੀ ਕੁਆਂਟਿਟੀ 250 ਗ੍ਰਾਮ ਹੋਏਗੀ। ਤਕਰੀਬਨ ਅਸੀਂ 1.25 ਕਿਲੋ ਦਾ ਮਸਾਲਾ ਬਣਾਉਣਾ ਹੋਵੇ ਤਾਂ ਮੈਂ ਤੁਹਾਨੂੰ ਉਹਦੀ ਫਾਰਮੂਲੇਸ਼ਨ ਦੱਸ ਦਿੰਦਾ, ਤੁਸੀਂ ਵੱਧ ਬਣਾਉਣਾ ਜਾਂ ਘੱਟ ਬਣਾਉਣਾ ਤੁਸੀਂ ਆਪ ਉਹਦੇ ਪ੍ਰਪੋਰਸ਼ਨਸ ਬਣਾ ਲਿਓ। ਸੋ ਕਾਲੀ ਮਿਰਚ ਪਾਈਆ ਜਾਂ 250 ਗ੍ਰਾਮ, ਜ਼ੀਰਾ 250 ਗ੍ਰਾਮ, ਧਨੀਆ 250 ਗ੍ਰਾਮ, ਇਹਦੇ 'ਚ ਕੋਈ ਚੀਜ਼ ਪਾਊਡਰ ਫਾਰਮ 'ਚ ਨਹੀਂ ਲੈਣੀ, ਖੜ੍ਹੇ ਮਸਾਲੇ ਸਾਬਤ ਲੈਣੇ। ਇਹ ਤਿੰਨ ਚੀਜ਼ਾਂ ਕਾਲੀ ਮਿਰਚ, ਜ਼ੀਰਾ ਅਤੇ ਧਨੀਆ, ਇਹ ਤਿੰਨੇ 250-250 ਗ੍ਰਾਮ ਨੇ। ਚੌਥੇ ਨੰਬਰ 'ਤੇ ਲੌਂਗ 50 ਗ੍ਰਾਮ, ਦਾਲਚੀਨੀ 50 ਗ੍ਰਾਮ, ਸੌਂਫ 100 ਗ੍ਰਾਮ, ਮਗਾਂ ਪਿਪਲੀ ਜਾਂ ਲੌਂਗ ਪੈਪਰ 50 ਗ੍ਰਾਮ, ਮੋਟੀ ਇਲਾਇਚੀ 100 ਗ੍ਰਾਮ, ਗੁਲਾਬ ਪੱਤੀ, ਦੇਸੀ ਗੁਲਾਬ ਦੀਆਂ ਪੱਤੀਆਂ 50 ਗ੍ਰਾਮ, ਜਾਇਫਲ ਇੱਕੋ ਹੀ ਬੜਾ ਹੁੰਦਾ ਹੈ, ਅੱਧਾ ਵੀ ਬੜਾ ਹੋ ਜਾਵੇ ਤਾਂ 20 ਗ੍ਰਾਮ, ਅਤੇ ਜਵਤਰੀ 30 ਗ੍ਰਾਮ। ਇਹਨਾਂ ਨੂੰ ਸਾਰਿਆਂ ਨੂੰ ਮਿਲਾ ਲਓ ਤੁਸੀਂ, ਅਤੇ ਇਹ ਤਕਰੀਬਨ ਕਿਲੋ ਤੋਂ ਸ਼ਾਇਦ ਪਾਈਆ ਵੱਧ ਜਾਏ, ਲੇਕਿਨ ਇਹਨੂੰ ਰਗੜ ਕੇ ਬਹੁਤਾ ਸਮਾਂ ਨਹੀਂ ਰੱਖਣਾ ਆਪਾਂ, ਜੇ ਤੁਸੀਂ ਕੁੱਟ ਕੇ ਰੱਖਣਾ ਤਾਂ ਕੁੱਟ ਕੇ ਰੱਖਣਾ ਅਤੇ 3-4 ਦਿਨ 'ਚ ਮੁਕਾ ਦਿਓ, ਲੇਕਿਨ ਇਹ ਸਾਬਤ ਇਸ ਮਿਕਦਾਰ ਦੇ ਵਿੱਚ ਮਿਲਾ ਕੇ ਆਪਣੇ ਘਰ ਰੱਖੋ। ਜਦੋਂ ਤੁਸੀਂ ਸਬਜ਼ੀ ਭਾਜੀ ਬਣਾਉਣੀ ਆ ਉਸੇ ਵੇਲੇ ਇਹਨੂੰ ਕੁੱਟੋ ਅਤੇ ਉਸੇ ਵੇਲੇ ਉਹਦੇ ਉੱਤੇ ਧੂੜ ਦਿਓ, ਫਿਰ ਇਹਦੀ ਥੈਰਾਪਿਊਟਿਕ ਵੈਲਿਊ, ਜਿੱਥੇ ਇਹਦੇ ਸਵਾਦ ਦੀ ਵੈਲਿਊ ਹੈ ਜਿਹਨੂੰ ਅਸੀਂ ਬਹੁਤ ਅਹਿਮੀਅਤ ਦੇ ਦਿੱਤੀ, ਇਹਦੀ ਥੈਰਾਪਿਊਟਿਕ ਵੈਲਿਊ, ਇਹਦੀ ਹੀਲਿੰਗ ਵੈਲਿਊ, ਇਹਦੀ ਸਾਡੇ ਬਾਡੀ ਦੇ ਅੰਦਰ ਜਿਹੜੀ ਸਾਡਾ ਇਮਿਊਨ ਸਿਸਟਮ ਹੈ ਉਹਨੂੰ ਉੱਚਾ ਕਰਨ ਦੇ ਲਈ ਇਹਦੀ ਜਿਹੜੀ ਕਪੈਸਿਟੀ ਆ ਉਹ ਕਾਇਮ ਰਹਿੰਦੀ ਹੈ। ਬਿਲਕੁਲ, ਸੋ ਡਾਕਟਰ ਸਾਹਿਬ ਇੱਕ ਵਾਰ ਆਪਾਂ ਨੂੰ ਫਿਰ ਰਿਪੀਟ ਕਰ ਦਈਏ, ਇੱਕ ਵਾਰ ਫਿਰ ਰਿਪੀਟ ਕਰ ਦਈਏ ਜੀ ਚੀਜ਼ਾਂ, ਕਿਉਂਕਿ ਕਿਸੇ ਵੇਲੇ ਚਲੋ ਯੂਟਿਊਬ 'ਤੇ ਤਾਂ ਬੰਦਾ ਦੁਬਾਰਾ ਦੇਖ ਲੈਂਦਾ, ਜਦੋਂ ਆਪਾਂ ਟੀ ਵੀ 'ਤੇ ਦੇਖਦੇ ਹਾਂ ਤਾਂ ਇੱਕ ਵਾਰ ਚੀਜ਼ ਨਿਕਲ ਜਾਂਦੀ ਹੈ, ਜੇ ਇੱਕ ਅੱਧੀ ਚੀਜ਼ ਮੰਨ ਲਓ ਕਿਸੇ ਨੇ ਕੋਈ ਲਿਖਣੀ ਭੁੱਲ ਗਿਆ ਜਾਂ ਦੱਸਣੀ ਭੁੱਲ ਗਏ ਤਾਂ ਉਹਨੂੰ ਆਪਾਂ ਰਿਪੀਟ ਕਰ ਦਈਏ ਜੀ। ਕਾਲੀ ਮਿਰਚ ਤੋਂ ਸ਼ੁਰੂ ਕਰ ਲਓ, ਕਾਲੀ ਮਿਰਚ ਪਾਈਆ ਅੱਗੇ ਜੀ। ਕਾਲੀ ਮਿਰਚ 250 ਗ੍ਰਾਮ, ਜ਼ੀਰਾ 250 ਗ੍ਰਾਮ, ਧਨੀਆ 250 ਗ੍ਰਾਮ, ਲੌਂਗ 50 ਗ੍ਰਾਮ, ਦਾਲਚੀਨੀ 50 ਗ੍ਰਾਮ, ਸੁੰਡ 100 ਗ੍ਰਾਮ, ਮਗਾਂ 50 ਗ੍ਰਾਮ, ਮੋਟੀ ਇਲਾਇਚੀ 100 ਗ੍ਰਾਮ, ਗੁਲਾਬ ਪੱਤੀ 50 ਗ੍ਰਾਮ, ਜਾਇਫਲ 20 ਗ੍ਰਾਮ ਅਤੇ ਜਵਤਰੀ 30 ਗ੍ਰਾਮ। ਇਹ 11 ਚੀਜ਼ਾਂ ਹੋ ਜਾਂਦੀਆਂ ਜੀ, ਅਤੇ ਇਹਨਾਂ ਦਾ ਭਾਰ ਅੰਦਾਜ਼ਨ 1150 ਗ੍ਰਾਮ ਬਣਨਾ। ਸੋ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਿਕ ਇਹ ਲੈ ਸਕਦੇ ਹੋ। ਬਿਲਕੁਲ ਠੀਕ ਜੀ, ਅਤੇ ਇਹਨੂੰ ਵਰਤਣ ਦਾ ਤਰੀਕਾ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਕੁੱਟ ਕੇ ਅਤੇ ਉੱਤੇ ਪਾ ਲਓ, ਆਮ ਤੌਰ 'ਤੇ ਤਾਂ ਮੇਰਾ ਖਿਆਲ ਜਿਹੜਾ ਘਰਾਂ 'ਚ ਸਬਜ਼ੀ ਬਣਾਉਂਦੇ ਉਹ ਵਿੱਚ ਹੀ ਨਹੀਂ ਪਾ ਲੈਂਦੀਆਂ ਜੀ ਮਾਈਆਂ, ਤੜਕੇ ਦੇ ਨਾਲ ਹੀ ਪਾ ਸਕਦੇ ਹਾਂ, ਉਹਦੇ 'ਚ ਪਾ ਸਕਦੇ ਹਾਂ, ਪਰ ਇਹਦੇ 'ਚ ਇਹ ਇੱਕ ਸਿਧਾਂਤ ਹੈ ਕਿ ਗਰਮ ਮਸਾਲਾ ਜਿਹੜਾ ਆ ਉਹ ਸਬਜ਼ੀ ਬਣਾਉਣ ਤੋਂ ਬਾਅਦ ਧੂੜਿਆ ਜਾਣਾ ਚਾਹੀਦਾ, ਲੇਕਿਨ ਜੇ ਅਸੀਂ ਇਹਨੂੰ ਤੜਕੇ ਦੇ ਵਿੱਚ ਤੇਲ ਦੇ ਵਿੱਚ ਭੁੰਨ ਵੀ ਦਿੰਦੇ ਹਾਂ ਅਤੇ ਇਹਦਾ ਸਾਰੇ ਦਾ ਸਾਰਾ ਰਸਾ ਤੁਹਾਡੇ ਤੇਲ ਦੇ ਵਿੱਚ ਚਲਾ ਜਾਂਦਾ ਹੈ ਅਤੇ ਤੇਲ ਦੀ ਜਿਹੜੀ ਸਪਰੈਡਿੰਗ ਕਪੈਸਿਟੀ ਆ ਬੜੀ ਤੇਜ਼ੀ ਦੇ ਨਾਲ ਟੇਸਟ ਬਡਸ ਤੋਂ ਲੈ ਕੇ ਹੇਠਾਂ ਤੱਕ ਉਹ ਤੇਲ ਹੁੰਦਾ ਹੈ ਜਿਹਨੂੰ ਅਸੀਂ ਤੜਕਾ ਕਹਿੰਦੇ ਹਾਂ, ਰਸਾ ਸਾਰੇ ਦਾ ਸਾਰਾ ਉਸ ਤੇਲ 'ਚ ਚਲਾ ਜਾਂਦਾ ਜੀ। ਬਿਲਕੁਲ ਜੀ,
ਸੋ ਆਪਾਂ ਕਹਿ ਸਕਦੇ ਹਾਂ ਕਿ ਵੀ ਉਸ ਹਿਸਾਬ ਨਾਲ ਭਾਵੇਂ ਆਪਾਂ ਇਹਨੂੰ ਤੜਕੇ 'ਚ ਪਾ ਲਈਏ ਅਤੇ ਭਾਵੇਂ ਆਪਾਂ ਨੂੰ ਉੱਪਰ ਧੂੜ ਲਈਏ, ਇੱਕੋ ਹੀ ਗੱਲ ਹੈ ਜੀ। ਬਿਲਕੁਲ ਠੀਕ ਹੋ ਗਿਆ ਡਾਕਟਰ ਸਾਹਿਬ। ਅਤੇ ਹੁਣ ਆਪਾਂ ਆਈਏ ਜੀ ਗਰਮ ਜਲ ਵਾਲੇ ਪਾਸੇ। ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਦੁਨੀਆ ਭਰ ਦੇ ਵਿੱਚ ਜਿੰਨੇ ਗੁਰੂ ਘਰ ਨੇ ਉਹਨਾਂ ਦੇ ਜਿਹੜੇ ਸੰਚਾਲਕ ਨੇ, ਅਹੁਦੇਦਾਰ ਨੇ, ਪ੍ਰਧਾਨ ਸੈਕਟਰੀ ਨੇ, ਕਮੇਟੀਆਂ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਬੰਨ੍ਹ ਕੇ ਮੈਂ ਬੇਨਤੀ ਕਰਾਂਗਾ ਕਿ ਚਾਹ ਦੇ ਟੇਸਟ ਡਿਵੈਲਪ ਨਾ ਕਰੋ। ਪਚਾ ਪਿਆਓ ਜਿਹੜੇ ਮੰਗਦੇ ਹੈ, ਲੇਕਿਨ ਇਹ ਗਰਮ ਜਲ ਜਿਹੜਾ ਆ ਇਹਨੂੰ ਇੰਟਰੋਡਿਊਸ ਕਰੋ। ਇਹਦੀ ਗਰਮ ਹੋਣ ਦੇ ਨਾਤੇ ਮੋਸਟਲੀ ਸਾਡੇ ਪੱਛਮੀ ਦੇਸ਼ ਬਹੁਤਾ ਸਮਾਂ ਪਰ ਸਰਦੀ ਦੇ ਵਿੱਚ ਲੰਘਾਉਂਦੇ ਆ, ਸੋ ਇਹਦੀ ਤਸੀਰ ਵਜੋਂ ਇਹ ਗਰਮ ਹੋਣ ਦੇ ਨਾਤੇ ਇਹ ਬਹੁਤ ਹੀ ਫਾਇਦੇਮੰਦ ਹੈ। ਪਿਛਲੇ ਸਮੇਂ ਦੇ ਦਰਮਿਆਨ ਅਸੀਂ ਕਰੋਨਾ ਦੇ ਸਮੇਂ 'ਚ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਆ ਗਰਮ ਜਲ ਜ਼ਰੂਰ ਪੀਓ, ਇਹਦੇ ਨਾਲ ਤੁਹਾਡੀ ਇਮਿਊਨਿਟੀ ਵੀ ਵਧੇਗੀ, ਤੁਹਾਡੀ ਹਰਾਰਤ ਵੀ ਵਧੇਗੀ, ਕਿਉਂਕਿ ਤੱਤਾ ਤੱਤਾ ਗਰਮ ਗਰਮ ਪੀਣਾ ਪਲੱਸ ਤਸੀਰ, ਔਰ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਨੇ ਜਿਹੜੀਆਂ ਕਿ ਸਰੀਰ ਦੀਆਂ ਸੰਚਾਲਕ ਸ਼ਕਤੀਆਂ ਨੂੰ ਹੋਰ ਐਨਹੈਂਸ ਕਰਦੀਆਂ, ਹੋਰ ਵਧਾਉਂਦੀਆਂ ਜੀ। ਸੋ ਇਹਦੇ ਵਿੱਚ ਵੀ 11 ਹੀ ਚੀਜ਼ਾਂ ਨੇ। ਸੋ ਮੈਂ ਤੁਹਾਨੂੰ ਨੋਟ ਕਰਵਾ ਦਿੰਦਾ, ਪਹਿਲੇ ਨੰਬਰ 'ਤੇ ਹੈਗੀ ਆ ਅਰਜਨ ਸ਼ਾਲ। ਅਰਜਨ ਇੱਕ ਦਰਖਤ ਹੁੰਦਾ, ਉਹਦਾ ਛਿਲਕਾ, ਅਰਜਨ ਸ਼ਾਲ ਮੀਨਸ ਅਰਜਨ ਦਾ ਛਿਲਕਾ, ਉਹਦਾ ਸੱਕ, ਇਹ 500 ਗ੍ਰਾਮ ਇੱਕ ਪ੍ਰਪੋਰਸ਼ਨ ਆ ਤਕਰੀਬਨ, ਉਹ ਵੀ 1200 ਗ੍ਰਾਮ ਦਾ ਬਣੇਗਾ, 1.25 ਕਿਲੋ ਦਾ, ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਬਣਾ ਲਓ। ਅਰਜਨ ਸ਼ਾਲ, ਅਰਜਨ ਦਾ ਛਿਲਕਾ 500 ਗ੍ਰਾਮ, ਇਹ ਪੰਸਾਰੀਆਂ ਜਿਹੜੀਆਂ ਪੁਰਾਣੀ ਜੜੀ ਬੂਟੀਆਂ ਵੇਚਣ ਵਾਲੇ ਸਾਰਿਆਂ ਕੋਲੋਂ ਮਿਲ ਜਾਂਦਾ, ਅੱਜ ਕੱਲ੍ਹ ਤਾਂ ਜਨਰਲ ਸਟੋਰ 'ਤੇ ਵੀ ਇਹ ਸਾਰੀਆਂ ਚੀਜ਼ਾਂ ਆ ਗਈਆਂ, ਅਦਰਵਾਈਜ਼ ਤੁਸੀਂ ਔਨਲਾਈਨ ਕਿਤਿਓਂ ਜਾ ਕੇ ਵੀ ਇਹ ਚੀਜ਼ਾਂ ਮੰਗਵਾ ਸਕਦੇ ਹੋ ਜੇ ਕਿਤੇ ਲੋਕਲ ਤੁਹਾਨੂੰ ਮਾਰਕੀਟ 'ਚ ਨਾ ਮਿਲਦੀਆਂ ਹੋਣ ਜੀ। ਇੱਕ ਨੰਬਰ 'ਤੇ ਅਰਜਨ ਸ਼ਾਲ 500 ਗ੍ਰਾਮ, ਅਤੇ ਬ੍ਰਹਮੀ ਜਿਹਦਾ ਬੜਾ ਦਿਮਾਗੀ ਉਹਦੇ 'ਚ ਬੜਾ ਰੌਲਾ ਪੈਂਦਾ, ਬੜੀ ਵਧੀਆ ਚੀਜ਼ ਹੈ, ਸਾਡੇ ਉੱਤਰਾਂਚਲ ਵਾਲੀ ਸਾਈਡ ਦੀ ਬੈਸਟ ਮੰਨੀ ਗਈ ਦੁਨੀਆ ਦੀ, ਬ੍ਰਹਮੀ 250 ਗ੍ਰਾਮ। ਚੰਦਨ ਦਾ ਦਰਖਤ ਹੈ, ਚੰਦਨ ਬਹੁਤ ਸਾਰੇ ਕੰਮ ਆਉਂਦਾ, ਲੇਕਿਨ ਚੰਦਨ ਦਾ ਬੂਰਾ ਸਭ ਤੋਂ ਵੱਡੀ ਵੇਸਟ ਜਿਹੜੀ ਹੁੰਦੀ ਹੈ, ਜਿਹੜੀ ਚੀਜ਼ ਕਿਸੇ ਕੰਮ ਨਹੀਂ ਆਉਂਦੀ, ਬੂਰਾ ਇੱਥੇ ਉਹ ਬੜਾ ਕੰਮ ਆਉਂਦਾ, ਚੰਦਨ ਦਾ ਬੂਰਾ ਉਹ ਵੀ 250 ਗ੍ਰਾਮ। ਇੱਕ ਹੋਰ ਬੂਟੀ ਹੈ, ਪੰਸਾਰੀ ਨੂੰ ਕਹੋ ਕਿ ਬਰਸ਼ਾਸ਼ਾ ਜਾਂ ਕਿਸੇ ਵੇਲੇ ਪ੍ਰਸ਼ਾਸ਼ਾ ਵੀ ਕਹਿ ਦਿੰਦੇ ਆ, ਉਹ 250 ਗ੍ਰਾਮ। ਬਨਫਸ਼ਾ ਜਿਹੜਾ ਬੜਾ ਮੁੱਢ ਕਦੀਮ ਤੋਂ ਨਜ਼ਲਾ ਜ਼ੁਕਾਮ ਦੇ ਵਿੱਚ ਵਰਤਿਆ ਜਾਂਦਾ, ਪ੍ਰਚਲਿਤ ਘਰਾਂ ਦੇ ਵਿੱਚ, ਬਨਫਸ਼ਾ ਅਸੀਂ ਬਨਕਸ਼ਾ ਵੀ ਕਹਿ ਦਿੰਦੇ ਰਹੇ, ਉਹ ਵੀ 250 ਗ੍ਰਾਮ। ਸੌਂਫ, ਇਹਦੇ 'ਚ ਟ੍ਰੀਟਿਡ ਸੌਂਫ ਨਾ ਪਾਇਓ, ਕਰੂਡ ਫੋਰਮ ਦੇ ਵਿੱਚ ਮੋਟੀ ਸੌਂਫ ਤੁਸੀਂ ਪਾ ਸਕਦੇ ਹੋ, ਉਹ ਵੀ 250 ਗ੍ਰਾਮ। ਮਲੱਠੀ ਦਾ ਅਸੀਂ ਬੜਾ ਜ਼ਿਕਰ ਕਰਦੇ ਹਾਂ ਕਿ ਰੱਬ ਦਾ ਬਣਾਇਆ ਹੋਇਆ ਸਟੀਰੋਇਡ ਹੈ, ਔਰ ਇਹਨਾਂ ਦਿਨਾਂ 'ਚ ਤਾਂ ਅਸੀਂ ਬੜੀ ਲੋਕਾਂ ਨੂੰ ਪਿਆਈ ਹੈ ਕਿ ਉਹ ਸੂਦੇਗਾ, ਕਿਤੇ ਬਲਗਮ ਆਉਂਦੀ ਹੋਵੇ, ਕਿਤੇ ਗਲਾ ਸਾਫ ਨਾ ਹੁੰਦਾ ਹੋਵੇ, ਪਲੱਸ ਸਟੀਰੋਇਡ ਸਿਸਟੈਮਿਕਲੀ ਬੋਡੀ ਦੇ ਉੱਪਰ ਬਹੁਤ ਵਧੀਆ ਉਹਨੂੰ ਤਿਆਰ ਕਰਦੀ ਆ ਸਾਡੀ ਇਮਿਊਨਿਟੀ ਨੂੰ ਵਧਾਉਣ ਵਾਸਤੇ। ਮੁਲੱਠੀ 250 ਗ੍ਰਾਮ, ਲੌਂਗ 50 ਗ੍ਰਾਮ, ਅਤੇ ਇਲਾਚੀ ਸਬਜ਼, ਸਬਜ਼ ਦਾ ਮਤਲਬ ਹਰੀ ਇਲਾਚੀ, ਲੌਂਗ ਇਲਾਚੀ ਦਾ ਬੜਾ ਸੰਬੰਧ ਰਿਹਾ ਸਾਡੇ ਲੋਕ ਗੀਤਾਂ 'ਚ ਆ ਕੇ ਵੀ ਬੜਾ ਪ੍ਰਚਾਰ ਹੋਇਆ, ਲੇਕਿਨ ਇਹਦੇ ਜਿਹੜੇ ਫਾਇਦੇ ਨੇ ਉਹ ਤਾਂ ਕਿਆ ਬਾਤ ਹੈ ਜੀ। ਅਸੀਂ 10 ਚੀਜ਼ਾਂ ਦੁਨੀਆ ਦੀਆਂ ਵੱਖਰੀਆਂ ਰੱਖ ਦਈਏ ਕਿ ਰੱਬ ਨੇ ਨਿਮਤ ਦਿੱਤੀਆਂ ਹੋਈਆਂ, ਉਹਦੇ 'ਚ ਲੌਂਗ ਇਲਾਚੀ ਆਉਂਦੀ ਹੈ। ਸੋ ਲੌਂਗ ਵੀ 50 ਗ੍ਰਾਮ, ਅਤੇ ਇਲਾਚੀ ਵੀ 50 ਗ੍ਰਾਮ। ਦਾਲਚੀਨੀ ਮੈਂ ਦੱਸਾਂ, ਜਦੋਂ ਲੌਂਗ ਦੀ ਜਿਹੜੀ ਬੋਡੀ ਦੇ ਵਿੱਚ ਕੈਰਿੰਗ ਕਪੈਸਿਟੀ ਵਧਾਉਣ ਦੀ ਸਮਰੱਥਾ ਇੱਕ ਨੰਬਰ 'ਤੇ ਆਉਂਦੀ ਹੈ, ਅਤੇ ਦੂਸਰੇ ਨੰਬਰ 'ਤੇ ਦਾਲਚੀਨੀ ਦੇ ਜੀ। ਸੋ ਇਸ ਕਰਕੇ ਦਾਲਚੀਨੀ ਵੀ 50 ਗ੍ਰਾਮ, ਅਤੇ ਇੱਕ ਬਾਜੇ ਖਤਾਈ, ਪੰਸਾਰੀ ਨੂੰ ਬਹੁਤਾ ਪਤਾ ਹੁੰਦਾ, ਪ੍ਰਚਲਿਤ ਨਹੀਂ ਹੈ, 50 ਗ੍ਰਾਮ। ਉਹ ਮੈਂ ਇੱਕ ਵਾਰੀ, ਕਿਉਂਕਿ ਵਿੱਚ ਗੱਲਬਾਤ ਹੋ ਜਾਂਦੀ ਹੈ, ਹੁਣ ਮੈਂ ਸੀਕੁਐਂਸ ਦੇ ਨਾਲ ਇੱਕ ਵਾਰੀ ਫੇਰ ਲਿਖਾ ਦਿੰਦਾ। ਅਰਜਨ ਸ਼ਾਲ 500 ਗ੍ਰਾਮ, ਬ੍ਰਹਮੀ 250 ਗ੍ਰਾਮ, ਚੰਦਨ ਬੂਰਾ 250 ਗ੍ਰਾਮ, ਬਰਸ਼ਾਸ਼ਾ ਜਾਂ ਪ੍ਰਸ਼ਾਸ਼ਾ 250 ਗ੍ਰਾਮ, ਬਿਨਫਸ਼ਾ 250 ਗ੍ਰਾਮ, ਸੌਂਫ 250 ਗ੍ਰਾਮ, ਮੁਲੱਠੀ 250 ਗ੍ਰਾਮ, ਲੌਂਗ 50 ਗ੍ਰਾਮ, ਇਲਾਚੀ ਸਬਜ਼ ਹਰੀ ਇਲਾਚੀ 50 ਗ੍ਰਾਮ, ਦਾਲਚੀਨੀ 50 ਗ੍ਰਾਮ, ਅਤੇ ਬਾਜੇ ਖਤਾਈ 50 ਗ੍ਰਾਮ। ਇਹ 11 ਚੀਜ਼ਾਂ ਹੋ ਗਈਆਂ, 1200 ਗ੍ਰਾਮ ਦਾ ਇਹ ਸਮਾਨ ਬਣਦਾ ਹੈ। ਇਹਨੂੰ ਤੁਸੀਂ ਪੀਸ ਕੇ ਰੱਖ ਲਓ, ਘਰਾਂ 'ਚ ਰੱਖੋ ਅਤੇ ਵੰਡੋ ਵੀ।
ਮੇਰੇ ਬਹੁਤ ਸਾਰੇ ਲੋਕ ਮੇਰੇ ਨੀਰਡ ਡੀਰਸ ਬਣਾ ਬਣਾ ਕੇ ਲੋਕਾਂ ਨੂੰ ਦਿੰਦੇ ਆ। ਕਿਤੇ ਦਿਵਾਲੀ ਵਿਸਾਖੀ ਵਾਲੇ ਦਿਨ ਡੱਬਾ ਦੇਣਾ ਹੋਵੇ ਮਠਿਆਈ ਦਾ ਨਹੀਂ ਦਿੰਦੇ, ਉਹ ਗਰਮ ਜਲ ਦੇ ਆਉਂਦੇ ਆ ਜਾਂ ਗਰਮ ਮਸਾਲਾ ਦੇ ਆਉਂਦੇ ਆ। ਸੋ ਇਹੋ ਜਿਹੀ ਸੇਵਾ ਵੀ ਕੀਤੀ ਜਾ ਸਕਦੀ ਹੈ ਗੁਰੂ ਘਰਾਂ 'ਚ, ਖਾਸ ਕਰਕੇ ਇਹ ਦੋ ਚੀਜ਼ਾਂ ਦੀ ਅਸੀਂ ਵਰਤੋਂ ਇੱਕ ਆਦਤ ਬਣਾ ਲਈਏ। ਡਾਕਟਰ ਸਾਹਿਬ ਮੈਂ ਬੇਨਤੀ ਕਰਾਂ, ਇਹ ਦੱਸਿਓ ਕਿ ਇਹ ਜਿਹੜਾ ਗਰਮ ਜਲ ਵਾਲਾ ਮਸਾਲਾ ਹੈ ਇਹਨੂੰ ਕੁੱਟ ਕੇ ਰੱਖਿਆ ਜਾ ਸਕਦਾ ਅਤੇ ਕਿੰਨਾ ਕੁ ਰੱਖਿਆ ਜਾ ਸਕਦਾ? ਨਹੀਂ, ਇਹ ਤੁਸੀਂ ਓਨਾ ਕੁ ਬਣਾਓ ਜਿਹਦੇ ਨਾਲ ਤੁਹਾਡੇ 10 ਦਿਨ ਚੱਲ ਜਾਣ, 15 ਦਿਨ ਚੱਲ ਜਾਣ, ਫਿਰ ਦੁਬਾਰਾ ਕੁੱਟ ਲਓ। ਸਾਬਤ ਰੱਖੋ, ਲਿਆ ਕੇ ਪੀਸੋ ਓਨਾ ਕੁ ਜਿੰਨਾ ਕੁ ਵਰਤ ਲੈਣਾ। ਅਤੇ ਇਹਨੂੰ ਬਣਾਉਣ ਦਾ ਪੀਣ ਦਾ ਤਰੀਕਾ ਜੀ? ਇਹਨੂੰ ਕੁਛ ਨਹੀਂ, ਪੱਤੀ ਦੀ ਥਾਂ 'ਤੇ ਇਹ ਪਾ ਦੇਣਾ, ਬੜੀ ਸੋਹਣੀ ਗੁਲਾਬੀ ਰੰਗ ਦੀ ਚਾਹ ਬਣੇਗੀ, ਕਿਉਂਕਿ ਚੰਦਨ ਬੁਰਾਦੇ ਦੇ ਵਿੱਚ ਗੁਣ ਹੈ। ਇਹ ਗੁਲਾਬੀ ਰੰਗ ਦੀ ਚਾਹ, ਜਿਹੋ ਜਿਹੀ ਕਸ਼ਮੀਰੀ ਚਾਹ ਲੋਕ ਪੀਂਦੇ ਨੇ, ਉਸ ਰੰਗ ਦੀ ਬਹੁਤ ਹੀ ਡਿਲੀਸ਼ੀਅਸ, ਬਹੁਤ ਹੀ ਖੁਸ਼ਬੂਦਾਰ ਔਰ ਵੇਖਣ ਨੂੰ ਜਿਹੜੀ ਆਈ ਪਲੀਜ਼ ਕਰਦੀ ਆ ਉਹ ਚਾਹ। ਇਹਨੂੰ ਬਸ ਪੱਤੀ ਦੀ ਥਾਂ 'ਤੇ ਯੂਜ਼ ਕਰਨਾ, ਪਾਣੀ ਉਬਾਲੋ, ਪੱਤੀ ਦੀ ਥਾਂ 'ਤੇ ਗਰਮ ਜਲ ਪਾ ਤਾ, ਥੋੜ੍ਹਾ ਕਰਨ ਤੋਂ ਬਾਅਦ ਹਲਕਾ ਜਿਹਾ ਦੁੱਧ ਪਾ ਦਿਓ, ਤੁਹਾਡੀ ਗੁਲਾਬੀ ਰੰਗ ਦੀ ਚਾਹ। ਹੁਣ ਮੈਂ ਚਾਹ ਲਫ਼ਜ਼ ਤਾਂ ਨਹੀਂ ਯੂਜ਼ ਕਰਦਾ ਵੀ ਆਪਾਂ ਚਾਹ ਵਾਲੇ ਪਾਸੇ ਪੈ ਜਾਣਾ, ਇਹ ਤੁਹਾਡਾ ਗਰਮ ਜਲ ਤਿਆਰ ਹੈ। ਬਿਲਕੁਲ, ਮਾਸਾ ਕਿਸੇ ਨੇ ਸ਼ੱਕਰ ਪਾਉਣੀ ਹੈ, ਜ਼ਰੂਰਤ ਕੋਈ ਨਹੀਂ, ਕਿਉਂਕਿ ਮਲੱਠੀ ਇਹਦੇ ਵਿੱਚ ਹੈਗੀ ਹੈ, ਇਸ ਕਰਕੇ ਜੇ ਕਿਤੇ ਥੋੜ੍ਹੀ ਬਹੁਤੀ ਜ਼ਰੂਰਤ ਪਏ ਤਾਂ ਐਡਿਡ ਸ਼ੂਗਰ ਜਾਂ ਗੁੜ ਤੁਸੀਂ ਵਰਤੋਂ ਕਰ ਸਕਦੇ। ਬਿਲਕੁਲ ਜੀ, ਮੈਂ ਇੱਕ ਵਾਰ ਫਿਰ ਤੋਂ ਬੇਨਤੀ ਕਰਾਂ ਜੀ ਪਰਿਵਾਰ ਦੇ ਮੈਂਬਰਾਂ ਨੂੰ ਕਿ ਇਹ ਬੜੀ ਦੇਰ ਤੋਂ ਤੁਸੀਂ ਡਿਮਾਂਡ ਕਰ ਰਹੇ ਸੀ ਕਿ ਜੀ ਸਾਨੂੰ ਗਰਮ ਜਲ ਅਤੇ ਗਰਮ ਮਸਾਲਾ ਜਿਹੜਾ ਹੈ ਉਹਦੇ ਹੀ ਕੀ ਕਿਵੇਂ ਕਿਵੇਂ ਕਿਹੜੇ ਕਿਹੜੇ ਮਸਾਲੇ ਵਰਤਣੇ ਆ ਉਹਦੇ ਬਾਰੇ ਦੱਸ ਦਿਓ। ਸੋ ਇਸ ਕਰਕੇ ਉਚੇਚਾ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਹਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਵੀ ਜੇ ਤੁਹਾਨੂੰ ਨਾ ਸਮਝ ਲੱਗੇ ਤਾਂ ਤੁਸੀਂ ਇਸ ਪ੍ਰੋਗਰਾਮ ਨੂੰ ਬਾਅਦ ਦੇ ਵਿੱਚ ਵੀ ਯੂਟਿਊਬ ਦੇ ਉੱਪਰ ਪੌਜ਼ ਕਰਕੇ ਦੁਬਾਰਾ ਬੈਕ ਕਰਕੇ ਪਲੇਅ ਕਰਕੇ ਦੇਖ ਸਕਦੇ ਹੋ, ਸੁਣ ਸਕਦੇ ਹੋ, ਨੋਟ ਕਰ ਸਕਦੇ ਹੋ। ਉਸ ਤੋਂ ਬਾਅਦ ਵੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਦਾ ਕਰ ਦੇਣਾ। ਡਾਕਟਰ ਸਾਹਿਬ ਇਹ ਗੱਲਾਂ ਤਾਂ ਹੁਣ ਤੁਸੀਂ ਦੱਸਤੀਆਂ, ਹੁਣ ਮੈਂ ਚਾਹੁੰਦਾ ਕਿ ਆਪਾਂ ਇਹਨਾਂ ਦੋਵਾਂ ਚੀਜ਼ਾਂ ਦੇ ਅੱਜ ਦੇ ਦੌਰ ਦੇ ਵਿੱਚ ਜਿਹੜੇ ਬਹੁਤ ਹੀ ਜ਼ਿਆਦਾ ਵੱਡੇ ਫਾਇਦੇ ਨੇ ਉਹ ਵੀ ਗੱਲ ਕਰ ਦਈਏ ਜੀ। ਦੋਵਾਂ ਚੀਜ਼ਾਂ ਦਾ ਜਿਹੜਾ ਬਹੁਤ ਵੱਡਾ ਫਾਇਦਾ ਅੱਜ ਦੀ ਡੇਟ 'ਚ ਦੇਖੋ, ਇਮਿਊਨਿਟੀ, ਇਮਿਊਨ ਸਿਸਟਮ ਵਧਾਉਣ ਦਾ ਰੌਲਾ ਹੀ ਪੈ ਗਿਆ। ਅਸੀਂ ਪਿਛਲੇ 30-40 ਸਾਲਾਂ ਤੋਂ ਰੌਲਾ ਪਾ ਰਹੇ ਹਾਂ, ਲੋਕ ਘੱਟ ਗੱਲ ਸੁਣਦੇ ਸੀਗੇ, ਲੇਕਿਨ ਜਦੋਂ ਦਾ ਕਰੋਨਾ ਦਾ ਇਨਵੇਜਨ ਹੋਇਆ, ਹਮਲਾ ਹੋਇਆ ਸਾਡੇ 'ਤੇ, ਹਿਊਮਨ ਲਾਈਫ ਦੇ ਉੱਤੇ, ਉਦੋਂ ਦੀ ਅਸੀਂ ਗੱਲ 'ਤੇ ਹੁਣ ਸਾਨੂੰ ਚੇਤਾ ਆਇਆ ਵੀ ਉਹ ਇਹ ਇਮਿਊਨਿਟੀ ਕੋਈ ਚੀਜ਼ ਹੁੰਦੀ ਹੈ। ਇਹ ਨਹੀਂ, ਇਹ ਜੀਵਨ ਜਾਂਚ ਆ, ਇਹ ਜੀਵਨ ਸ਼ੈਲੀ ਆ, ਇਹ ਤੁਹਾਡਾ ਆਹਾਰ ਦਾ ਸੱਭਿਆਚਾਰ ਹੈ। ਸੱਭਿਆ ਦਾ ਮਤਲਬ ਹੁੰਦਾ ਚੰਗਾ, ਆਚਾਰ ਦਾ ਮਤਲਬ ਹੁੰਦਾ ਕਿਰਦਾਰ, ਕਿ ਸਾਡਾ ਇਹਦੇ ਤੋਂ ਬਗੈਰ ਤਾਂ ਗੁਜ਼ਾਰਾ ਹੀ ਨਹੀਂ। ਜੇ ਅਸੀਂ 100 ਸਾਲ ਜੀਣਾ ਆ ਬਿਨਾਂ ਬਿਮਾਰੀ ਤੋਂ ਜੀਣਾ ਹੈ, ਤਾਂ ਫਿਰ ਸਾਡੇ ਸਰੀਰ ਦਾ ਇਮਿਊਨ ਸਿਸਟਮ ਉੱਚਾ ਹੋਣਾ ਚਾਹੀਦਾ ਹੈ, ਅਤੇ ਇਮਿਊਨਿਟੀ ਨੂੰ ਵਧਾਉਣ ਵਾਸਤੇ ਇਨਡਾਇਰੈਕਟਲੀ ਅਸੀਂ ਇਹ ਕਹਿੰਦੇ ਹਾਂ ਕਿ ਇਹ ਹਰਾਰਤ ਦਿੰਦਾ ਆ, ਇਹ ਗਰਮਾਇਸ਼ ਦਿੰਦਾ ਆ, ਇਹ ਸਾਡੇ ਕੋਲ ਸਬਜ਼ੀ ਭਾਜੀ ਫੂਡ ਸਟੱਫ ਜੋ ਵੀ ਆਉਂਦਾ ਉਹਦੇ ਵਿੱਚ ਵਾਈ ਕੰਟੈਂਟ ਨੂੰ ਮਾਰਦਾ ਆ, ਫਿਰ ਅਸੀਂ ਇਹ ਕਹਿੰਦੇ ਹਾਂ ਕਿ ਇਹ ਟੇਸਟ ਇਨਹੈਂਸਰਸ ਨੂੰ ਪਲੀਜ਼ ਕਰਦਾ, ਇਹ ਸਾਰਾ ਕੁਝ ਸੱਚ ਹੈ, ਪਰ ਸਭ ਤੋਂ ਉੱਚੀ ਗੱਲ ਇਹ ਹੈ ਕਿ ਇਹ ਸਾਡੇ ਸਰੀਰ ਦੀ ਇਮਿਊਨਿਟੀ ਨੂੰ, ਰਜ਼ਿਸਟੈਂਸ ਨੂੰ, ਬਿਮਾਰੀਆਂ ਦੇ ਖਿਲਾਫ ਲੜਨ ਵਾਲੀ ਤਾਕਤ ਨੂੰ ਵਧਾਉਂਦਾ ਆ। ਅਤੇ ਇਸ ਵੇਲੇ ਆਕਸੀਜਨ ਦਾ ਸਾਡੇ ਹਿੰਦੁਸਤਾਨ 'ਚ ਤਾਂ ਬੜਾ ਹੀ ਰੌਲਾ ਪਿਆ ਹੋਇਆ ਕਿ ਕਿੰਨੀਆਂ ਜਾਨਾਂ ਆਕਸੀਜਨ ਦੀ ਸਪਲਾਈ ਰਿਸਟ੍ਰਿਕਟਿਡ ਹੋਣ ਕਰਕੇ, ਨਾ ਪਹੁੰਚਣ ਕਰਕੇ, ਕਮੀ ਕਰਕੇ ਚਲੀਆਂ ਗਈਆਂ। ਅਤੇ ਜੇ ਅਸੀਂ ਇਹ ਜ਼ਿੰਦਗੀ ਦਾ ਅਸੂਲ ਹੀ ਬਣਾ ਲਈਏ, ਜੇ ਅਸੀਂ ਅਹਿਦ ਕਰ ਲਈਏ, ਜੇ ਅਸੀਂ ਰੈਜ਼ੋਲਿਊਸ਼ਨ ਕਰ ਲਈਏ ਕਿ ਇਹ ਚੀਜ਼ਾਂ ਤਾਂ ਸਾਡੀ ਰਸੋਈ 'ਚ ਪਹਿਲਾਂ ਹੋਣੀਆਂ ਚਾਹੀਦੀਆਂ, ਬਾਕੀ ਚੀਜ਼ਾਂ ਬਾਅਦ 'ਚ ਆਉਣ, ਤਾਂ ਕਿ ਸਾਡਾ ਸਰੀਰ ਜਿਹੜਾ ਆ ਉਹ ਘੱਟ ਆਕਸੀਜਨ ਦੇ ਨਾਲ ਵੀ ਕੰਮ ਚਲਾ ਲਏ। ਇਹੀ ਸਰੀਰ ਦੀ ਤਾਕਤ ਹੈ। ਇਸ ਵੇਲੇ ਜਿਹੜਾ ਹਿੰਦੁਸਤਾਨ ਦੀ ਆਰਮੀ ਦਾ ਜਿਹੜਾ ਰਿਸਰਚ ਵਿੰਗ ਹੈਗਾ, ਉਹਨਾਂ ਨੇ ਇੱਕ ਪਾਊਡਰ ਜਿਹਾ ਬਣਾਇਆ ਆ, ਉਹਦਾ ਵੀ ਮਤਲਬ ਇਹੀ ਹੈ ਕਿ ਉਹ ਬਾਡੀ ਦੀ ਆਕਸੀਜਨ ਕੈਰਿੰਗ ਕਪੈਸਿਟੀ ਵਧਾਉਂਦਾ ਹੈ। ਅਤੇ ਇਹ ਤਾਂ ਰੱਬ ਦੀਆਂ ਦਿੱਤੀਆਂ ਹੋਈਆਂ ਨੇਮਤਾਂ ਨੇ, ਇਹ ਸਾਡਾ ਜ਼ਿੰਦਗੀ ਦਾ, ਅਸੀਂ ਸਾਡੀ ਉਮਰ ਲੰਘ ਗਈ ਕੋਈ ਗੱਲ ਨਹੀਂ, ਅੱਗੋਂ ਸਾਡੇ ਬੱਚੇ, ਅੱਗੋਂ ਉਹਨਾਂ ਦੇ ਬੱਚੇ, ਉਹਨਾਂ ਨੂੰ ਅਸੀਂ ਟੀਚ ਪ੍ਰੀਚ ਅਤੇ ਪ੍ਰੈਪੀਗੇਟ ਕਰ ਜਾਈਏ ਕਿ ਭਾਈ ਆਹ ਚੀਜ਼ਾਂ ਬੇਸਿਸ ਦੇ ਆਧਾਰ, ਜੇ ਇਹ ਉਹ ਆਧਾਰ ਹੈ ਜਿਹਨੂੰ ਪੰਜਾਬ ਦੀ ਜਵਾਨੀ, ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਕਲਚਰ, ਪੰਜਾਬ ਦੀ ਹੈਰੀਟੇਜ ਉਹਦਾ ਆਧਾਰ ਸੀ, ਕਿਉਂਕਿ ਸਾਡਾ ਖਾਣ ਪਾਣ ਇੰਨਾ ਸਾਦਾ, ਇੰਨਾ ਨਿਊਟ੍ਰੀਸ਼ੀਅਸ ਔਰ ਇੰਨਾ ਸੰਪੂਰਨ ਸੀ। ਕਿਉਂਕਿ ਮੈਂ ਭੋਜਨ ਦੇ ਜਦੋਂ ਗੁਣ ਗਣਾਉਂਦਾ ਹੁੰਦਾ ਤਾਂ ਮੈਂ ਉਸ ਵੇਲੇ ਗੁਰਬਾਣੀ ਦਾ
जिक्र करता है कि 36 पदार्थ सम्मिलित भोजन होना चाहिए है जिदे विच 7 रंग 6 स्वाद 2 तसीरां उस तो बाद 6 न्यूट्रिएंट्स ते 15 अरोमास वो तुहाडे भोजन च शामिल होने चाहिए है। ये वो सारियां चीज़ां जे जिहड़ियां तुहाडी लूणदानी च पैणियां आ जिहड़ी लकड़ दी लूणदानी 12 खाने वाली रखो तुहाडे घर दे विच सारियां चीज़ां होनियां चाहीदियां है। उस वेले सब्जी भाजी बनाओ चाह पानी पीना है जिन्हें दुध पीना उन्हें दुध वाला मसाला पा दो जिन्हें चाह पीनी है उन्हें पानी उबाल के पीनी है उन्हें दे दो इनू किसी भी चीज़ दे विच पाया जा सकता है। ये बहुत डिलीशियस बहुत शरीर दे विच हरारत वधाउण वाला शरीर दे विच जिन्ने भी इनफेक्शन इनफेस्टेशन साढ़े को आउंदियां जदों असीं तड़का ला लैंदे आ इन्हां गर्म मसालियां दा उहदे च हल्दी पै गई लसण पै गया प्याज पै गया वह बहुत सारिया इनफेक्शन इनफेस्टेशनस नूं उत्थे ही मुका दिंदा है। सो इस करके हर घर दे विच इहदी जरूर वरतों होनी चाहीदी। डॉक्टर साहब एक ना जी अपने कोल जिहड़े पिछले दिनां दे विच कुछ एक सवाल सीगे एक तां पिछली बार भी आपां जिक्र करदे सी उह रहि गया सो मैं चाहुंदा कि इस बार आपां चलो प्रोग्राम चों जिक्र कर लईए। एक ना जी अजकल जी प्रॉब्लम आती है वो डॉक्टर भी आम ही कह लग पेंदे आ जी भी विटामिन डी घट गया तुसी ना जी धुप्पे नहीं निकलते थोड़े जी ना जी कैल्शियम घट गया तुसी पता नहीं आ नहीं खादा वह नहीं खादा ये जिहड़ियां चीज़ों की घाट आउंदी आ इहदा मुख कारण की आ ते की इहदा इको एक स्रोत बस फिर इहो ही आ भी धुप्पे तुरे फिरना हुण जे मान लो किसी का काम ही अंदर दा है बेचारा नहीं जा सकदा जां कई थावां ऐसियां ने जिथे बहुता सूरज हुंदा ही नहीं फिर वह करिए की जां ते फिर गोरियां नूं छुट्टी लैके रेत ते जाके लम्मे पै जाईए जां कोई होर हल भी हैगा। देखो असीं एक लफ्ज़ वरते हैं वीकेंड असीं ये भी लफ्ज़ बना लिया दिन का ना ही रख लिया कि संडे ये असीं नहीं रखिया ये जिस समाज तुसीं रहिंदे हो उन्हां लोगों ने रखिया सीगा कि हफ्ते च एक दिन रख लो जिहड़ा कि सूरज नूं समर्पित है सूरज की लो सूरज दियां किरणां सूरज का सेक वो असीं ग्रहण करना है वो कला वाइटामिन ही नहीं देंदियां बल्कि जिन्हें भी साडे बॉडी के फोल्ड्स ने जिहड़े कदी भी धुप्प नूं एक्सपोज नहीं हुंदे उन्हों एक्सपोज करो जिदे नाल बहुत सारिया फंगल डिजीज़ जिहड़ियां वो नहीं आउंदियां। विटामिन डी तो सानू मिलदी है पर उस तो अलावा इस वेले जदों असीं टेस्ट कराने आ ते दो ही चीज़ां हर बंदे दियां घट ने एक विटामिन डी 3 ते एक विटामिन B12 जो विटामिन B12 की कमी आती है उस वेले साडा मनोबल डिगदा है उस वेले साडी सोच डिगदी है उस वेले साडे दिमाग की सोचन समर्था घटती है जिहड़ी तीखणता है साडे दिमाग की वो ब्लंट हुंदी है इस करके विटामिन B12 वो साडे लई बहुत जरूरी है। विटामिन D3 जदों कुदरती स्रोतों तो असी कैल्शियम लैने आ ते कुदरत दी ए बड़ी विडंबना है कि जे असी त्रिफला लैने आ त्रिफला मीनस इको चीज़ है औला हरड़ बहेड़ा इन्हां तिना चीज़ों का रस गुण वीरिया विपाक मिलता इको चीज़ है इको टब्बर है इको फैमिली है जी उत्थों सानू जिहड़ा कैल्शियम मिलता वो विटामिन D3 रब ने नाले मिलाई हुई है। जे तुसी दुध पीते हो क्योंकि वह एनीमल प्रोडक्ट है बहुत लेटर स्टेज पर आई उहदे विच सानू विटामिन D3 नाल मिलता है। सो इस करके जिहड़े बच्चों की ये आदत बन जाती है कि मलाई आ गई थुक देना दुध पीना नहीं हाँ वह गल वक्री है कि लैक्टोज अगर तुहानू नहीं सूट करता बॉडी दे विच ना बाकी सब नू भरपूर मात्रा दे विच दुध पीना चाहिए। जे ठंडा दुध तुसी खाने तो बाद पीते हो तो एज एंटासिड भी काम करता है और नाल दी नाल त्रिफला औला हरड़ बहेड़ा औला उही है जिहदा असीं जिक्र करते रहे हैं तुसीं भी जिक्र करते रहे हो कि उहदे खादा जिहड़ा आ उह सियाणे दा कहा ते औले दा खादा बाद च पता लगता है ते दूसरे भी उहदे भरा ही ने तिन हरड़ ते बहेड़ा अगर ये तिना दा इक्वल मात्रा दे विच चूरन लै के असीं घर रखिया होवे एक ते कब्ज़ नहीं जे होण दिंदा एक तुहाडी अखां दी जोतना नहीं जाण दिंदा एक शरीर दियां बहुत सारियां कमजोरियां नूं मिल के लैंदा त्रिफला। सो इस करके ये तीन फल ने सुके बाजारों मिल जाते ऑनलाइन भी मिल जाते हैं और इन्हों का बिगड़ता कुछ नहीं जी औला एक यहोजी चीज़ है यू तुसी मुरब्बा पा लो यदा अचार पा लो यदा चूरन घोट लो ये सुका पिया काला हो जाएगा पर यह अपना जोड़ा गुण आ कैल्शियम वो नहीं जो छड़ता। सो इस करके विटामिन सी
और कैल्शियम की बहतात या त्रिफले दे विच इहदी भरपूर वरतों करनी चाहिए है। लेकिन वाइटामिन बी 12 घटे ना आदत पाओ सैलड्स खाण की, पत्तियां वालियां सब्जियां साढ़े को इतने पंजाब दे विच सी जे हौलों आ गई वह ले लो, मेथी आ गई वह ले लो, सरों आ गई वह ले लो, पालक आ गई वह ले लो, बाथू लभ गया वह ले लो। ये सारिया वो चीज़ा सी जिन्हां दे विच वाइटामिन बी ग्रुप इनफ हुंदा है, इनकलूडिंग विटामिन बी 12। तो लीफी वेजिटेबल्स जिहड़ियां उन्हां दी बहुत वड्डी इंपॉर्टेंस हैगी आ। उहनूं असीं सैलड्स यूज करिए, उहनूं साग बना लीए, उहदी भुर्जी बना लीए, सानूं अज भी इन्हां चीज़ां की भरपूर वरतों करनी चाहीदी। बिल्कुल ठीक। अच्छा डॉक्टर साहब, एक चीज़ होर, एक मुश्किल जी अजक आँदी है जी, वो ये सवाल सगा कि भी जोड़ जोड़े ने, आप शायद अगे भी प्रोग्राम एक जिक्र किया पर उदो समा घट सगा कि जोड़ा दे जो कुशन हों कुदरती कुशन या ग्रीस कह लो, वो टाइम नाल ही मुक्न लग पी अजक, जो पता नहीं हूँ ग्रीस बाबा माड़ी पाँव लग पाया जां फिर आप जोड़ ही ज़्यादा दबली आँद रही भी टाइम नाल ही सड़ सुट जाती है, उसका कारण की आ? तो जे मान लो कि मुश्किल आँदी है तो फिर खुराक के आप ऐसा कि चीज़ों तब्दीली कर सकते हैं, जो आम दिनचर्या जी है वो की तब्दीली करिए, वो वाली मुश्किल है वो अपने तौर के उपर ही हल हो जाए ना डॉक्टर के कोल जाना पवे। देखो जेडे पुरजे है ना वो साढ़े बाबा जी उ पाते हैं जेडे हर इंसान के पाते हैं, लेकिन जे कि मां दे पेट दे विच कमियां रह गईयां ते वह बाबा जी का कसूर नहीं गा, वह तो साडा कसूर है जी। सो इस करके बच्चा पैदा करन वाली मां नूं भरपूर कैल्शियम, हारमोनीयस फूड, संपूर्ण भोजन जिदा असी बड़ी बारी जिक्र किया 36 पदार्थ सम्मिलित, वह 9 महीने तो पहला उन्हां वरतना शुरू कर दो। और मैं ये दावे नाल कह सकता है कि बच्चा बड़ा ही रिष्ट पुष्ट पैदा होएगा, किसी किस्म की उहदे कोल डेफिशेंसी या डेफिशेंसी सिंड्रम करके जिहड़ियां बीमारियां होंदियां वो नहीं होंगियां। वो माँ की जिम्मेवारी है, बाप की भी जिम्मेवारी है। सो इस करके सानू इहदा भरपूर के जे ओस्टियोपोरोसिस हुंदा है, जे साडियां हड्डियां कमजोर रह जांदियां, जे साडे जोड़ां च दर्द हो जांदी है, तो ये देखना कि सानू माँ के पेट के बचपन के कैल्शियम बहुत घट मिले, बाबा जी का कसूर नहीं साडा कसूर है। इन चीज़ों का ख्याल रखिए। गुरबत वाली चीज़ ना अफोर्ड कर सकना वो एक वखरा वखरी गल है, लेकिन सानू ये ख्याल रखना चाहिए है कि साढ़े को कैल्शियम जड़ा है वह बचपन के पूरा रहा हो। जे कमी होवे डॉक्टर साहब, चलो जिहड़ा जिहड़ा समा लंघ गया वह लंघ गया, मान लो मातड़ परिवार से नहीं उदा केयर कर सकिया, पर हुण गां जे बंदा अपने पैरां सिर हो गया अजकल बाबे की कृपा, तो हुण फिर की हल करिए, उहदा कोई हल नहीं। जोड़ां दीआं दर्दां दे विच मोस्टियो जिहड़ी मोस्टली साडे कोल उह हैगा ओस्टियोपोरोसिस, गोडे रह जांदे साडे ओस्टियोपोरोसिस करके रह गए, उहदे करके ओवर यूज करके रह गए, किसी वेले भार चुक चुक के ही साढ़े पेंडू जिमीदारे दे विच बड़ा। सो गोडे दुखने शुरू हो गए। हुण इत्थे असीं की करना है, हुण साढ़े कोल जिहड़ा हाथ दे विच है वो ये है कि वाई चीज़ां जिहड़ियां सारियां बड़ियां स्वाद हुंदियां, जिहड़ियां साढ़े घरां च फ्रिजां भरियां हुईयां ने, गोडियां वाला जां जोड़ां दीआं दर्दां वाला, चाहे वह रूमेटोइड आर्थराइटिस होवे, चाहे वह गाउटी बॉडी होवे, चाहे वह ओस्टियो आर्थराइटिस होवे, उन्हां नूं वाई चीज़ां तों वर्जित रहना पएगा, जिहदे विच चौल, आलू, मांह, राजमाह, कढ़ी, चिट्टे छोले, छोलियां दी दाल ते सारियां ही दालां जिहड़ियां बहियां होंगियां। हुण तुसीं हसणा, फिर बाकी रह की गया साडे वास्ते की छड्डिया जे? हाँ जी, ये तो गल है, इहदा फिर प्रबंध जी जी, इहदा फिर प्रबंध जी। जदों सब्जी भाजी बनाउणी आ, देखो शलगम वाई ने, गोभी वाई आ, मटर वाई ने, उस तो बाद चौल, आलू, मांह, राजमा, कड़ी सारे वाई आ, फिर असी की करना? इत्थे दो चीज़ां का ख्याल रखना है। एक तो गर्म मसाला, किहड़ा गर्म मसाला? जिहड़ा असी घोटदे हुंदे सीगे, अजकल मिक्सियां आ गईयां, उहदे विच प्याज पैंदा सी, लसण पैंदा सी, टमाटर पैंदा सी, अदरक पैंदा सी, इह चारे चीज़ां गर्म ने। और जिन्नियां सब्जियां असी स्वादी ने ते अजकल वरतों च आ रही हैं उन्हां दे विच इहदी भरपूर मात्रा होनी चाहिए है, एक चीज़। नंबर दो मैं हुणे गल
लिखाया जिहड़ा गर्म मसाला जदों मेथी बनाउंदे हो, करेला बनाउंदे हो, शिमला मिर्च बनाउंदे हो, बैंगन बनाउंदे हो, उन्हां दे विच गर्म मसाला नाम ही पाओ तो चल जाएगा क्योंकि वह आप खुद बड़े गर्म ने। लेकिन जदों तुसीं मटर बनाउंदे हो, गोभी बनाउंदे हो, आलू बनाउंदे हो, शलगम बनाउंदे हो, इन्हां सारिआं दे विच जिथे वह ताज़ा गर्म मसाला लसन प्याज अदरक टमाटर पाउंदे हो, दूजा मसाला भी भरपूर पाउणा पवेगा। और जिथे किते गोडे दुखदे ने, जिथे किते बॉडी एक्स ने, उन्हां लोगां नूं वाई चीज़ां ना दिओ, बाकी सारा परिवार जिद्दां मर्जी खावे। उन्हां ने एक वक्खरा बकेट बना के रखो, उहदे च लसन प्याज अदरक टमाटर पहला ही मसाला बना के रखो, ते गर्म ते तुसीं जिवें मर्जी कीता दो चम्मच उहदे च मसाला रला लो, जिहड़ी मर्जी दाल बना ली है उहने उत्थे न्यूट्री कर देना है। सो इन्ना सानूं कम करना चाहीदा। हुण आ गया जोड़ां दी दर्द कोई हो, बॉडी एक्स कोई भी हो, कुल मिला के तो साडे शरीर दे विच टॉक्सिक स्टफ जिहड़ा वह जमा हो जाता है, वह लिक्विड फॉर्म च होवे, गैस फॉर्म च होवे, उही सूजन करता, उही दर्दां करता, उही ड्रॉपसिक कंडीशन करता, उही सारा कुछ करता है। उन्हां हालातों के उस उन्हां टॉक्सिन्स नूं बॉडी चो बाहर कढ़न वास्ते सानू वाई चीज़ां बंद करके गर्म चीज़ां लेनियां पैणगियां। इहदा असीं जिक्र कर लिया, त्रीकटू का जिक्र मैं करदा। त्रीकटू का मिराकल देखो तुसीं, उह किस तरीके दे नाल कमाल करता है। अगर त्रीकटू दियां गोलियां दो सवेरे, दो दुपहरे, दो शामी हल्दी वाले दुध नाल लेना शुरू कर दो, तो बहुत सारे लोगों के आम करके जिहड़े गोडे दुखदे आ, गोडियां दे विच सूजन आउंदी आ, गोडियां दे विचों ईवन आवाज़ आउंदी आ, तुसीं कहा कि वो सैनोवियल फ्लूइड हुंदा है जिहड़ा कि लुब्रीकेंट आ, वह सुक जाए तो आवीं चिरपिंग की आवाज़ आउंदी है, लेकिन वह फ्लूइड की पूर्ति तो नहीं करनी, वह तो केस्ट्रॉयल करेगा। जिथे कितें रूमेटॉयड आर्थराइटिस या ओस्टियो आर्थराइटिस दे विच आवाज़ आउंदी जोड़ां दे विचों दी, वह केस्ट्रॉयल पूरी करेगा, वह अलग गल है। लेकिन त्रीकटू ते हल्दी की जे तुसीं वरतों कर लो तो बहुत सारिया जोड़ां दीआं मुश्किलां तुहाडीआं, क्योंकि दर्द ना होवे फिर सानूं सारा कुछ भुल जांदा, जदों दर्द हुंदी है फिर असीं अगे पिछे दौड़े फिरदे। इहदे नाल तुहाडा मॉडिफाइड रहेगा, जिहड़े घस गए जोड़ ने मेहरबानी करके लंबी सैर ना करो, उह साइकलिंग कर सकदे आ, स्विमिंग कर सकदे आ, योगा कर सकदे आ, कैलिस्थेनिक्स कर सकदे आ, कई तरीके दे नाल अपने शरीर नूं हिला सकदे आ, लेकिन लंबी वाक ना करो। टहलना ठीक है खाणा खुणा खा के लंबी, क्योंकि ऑलरेडी पहलां ही उहनां दे गोडे घसे होए आ, होर घस जाणगे तो फिर तुसीं क्या विच एक पैड पिया हुंदा, वह जदों ओस्टियोपरोसिस हुंदा आ जोड़ तो खुरदरा हो जाता है, वह खुरदरा हुंदा आ दोनों पासे रगड़दे आ, उस जिहड़ा पैड पाया होया है कार्टिलेज का वह घस जाता, घस जाता तो एक पासे घसदा एक पासे ठीक रहिंदा, फिर टेढ़े हो जाते विचों दी बिल्ली भी दौड़ के लंघ जाती है। सो ये हालातों के मुताबिक अपने आप को मैनेज करके रखो कि ओवर यूज, मिस यूज एंड अनयूज ये सिद्धांत ने। तुसी बहुत ज़्यादा वरतों करते हो या बिल्कुल वरतों नहीं करते या गलत वरतों करते हो, इन चीज़ों का ख्याल रखना हुंदा है। सो इस करके जिथे किते ओस्टियोआर्थराइटिस है, जिथे किते गोडियां दी है, उन्होंने डंड बैठकों तो बच के रहो। असी रोंग पोस्चर रह के जदों बैठकों मारते रहने तो उल्टा नुकसान हो जाता है। सो जिम दे विच जिहड़े लोग एक्सरसाइजा लाउंदे आ, उन्होंने साडे स्ट्रक्चरल जिहड़े जॉइंट्स ने उहदा ख्याल रखना हुंदा। बहुत सारे जिहड़े जिम मैनेजर ने वह भी बेचारे इदां दे ही हुंदे आ, उन्होंने ये नहीं पता कि आह चीज़ लाउणी है, आह चीज़ किद्दां लाउणी है, यह जॉइंट की कि मूवमेंट है, ये जॉइंट किहो जिहा किन्नियां मूवमेंट्स दिंदा है, फलैक्शन एक्सटेंशन दिंदा है, रोटेशन दिंदा है, सरकमडक्शन दिंदा है, की दिंदा है, ये सानू पता नहीं हुंदा। सो मिसयूज़ नहीं होना चाहिए, ओवर यूज़ नहीं होना चाहिए, अनयूज़ भी नहीं होना चाहिए, भी बिल्कुल बंजे ते तुसी लेट के उहदी खुद तो प्रॉपर वर्तों होनी चाहिए है जी। डॉक्टर साहब एक शब्द है जी संग्रहणी करके बीमारी का ना, वो बड़ी नामराद बीमारी है तो बहुत सारे लोग उहदे नाल पीड़ित भी ने, तो सुन च तो यह भी आता भी शायद यदा कोई इलाज बहुत ही छेती है नहीं, तुसी की कहने जी ये बारे? तुसी बहुत दुरुस्त किया या, ये संग्रहणी साडे सभ्याचार दे विच ये नां आ। संग्रहणी का मतलब हुंदा आ, हासे दे नाल मैं कहना संग रहणी नाल ही रहिंदी जांदी नहीं, चित कीते ठीक नहीं हुंदी,
क्योर नहीं होंगी। इनू अंग्रेजी दे विच कहिंदे अल्सरेटिव कोलाइटिस कि साडे फूड पाइप दे विच कुछ खास जगह दे उपर छोटे छोटे जख्म हो जाते अल्सर्स हो जाते हैं ते उहदे करके अंदर सूजन हो जाती है। सो अल्सरेटिव कोलाइटिस जिहड़ी कॉलन दे नेड़े भी किसे वेले हो जाते हैं किसे वेले इंटेस्टाइन दे बाकी पार्ट्स दे विच भी हो जाते हैं अल्सर्स। हुण अल्सर कादे नाल हुंदे आ? आर्टिफिशियल रंग, आर्टिफिशियल स्वाद, आर्टिफिशियल खुशबुआ, बहुत सारा टॉक्सिक स्टफ, बहुत सारिया दवाइया यह जिड़िया साढ़े अंदर जाके नुकसान कर दिया। अल्सर्स मीनस रैशेस कर जाए, जिमें बहर पित निकल आँदी है अंदर भी निकल आँदी है। वह पित दे पांच सात दस दाने रल के एक थिम जहा बना लेंदे, उतों फिर ऊज होना शुरू हो जाता है। ऊज उहदे चो डूंगा हो गया तो खून भी यूज करता, पाक भी यूज करती है। अल्सरेटिव कोलाइटिस दे विच या संग्रहणी दे विच लूज मोशन लग जाते हैं, पंद्रह पंद्रह भी आते हैं, कई तो दस दस भी साल हो गए वो डायरिया डिसेंट्री करके अपना समा पास कर जाते, भार उन्हों का अद्धा रह गया लेकिन इग्नोर नहीं होंगे ठीक। सो जिथे भी कितने संग्रहणी आ अल्सरेटिव कोलाइटिस आ, या एक अमेरिकन साइंटिस्ट होया क्रोन, उन्हें ये ते बड़ा रिसर्च किया, खास पोर्शन से उन्हें काम किया, ना ही फिर क्रोन डिजीज पै गया। अमेरिकन कल्चर के क्रोन डिजीज अक्सर ना वरत्या जाता। सो चीज इको ही आ कि साडा जिहड़ा डाइजेस्टिव ट्रैक है, इंटेस्टाइनल ट्रैक्ट है, वो कुछ हिस्से के जख्म हो जाते हैं, उस जख्मों करके सूजन हो जाती है, सूजन करके फिर जो असी खाने वह ऐसा ही निकल जाता डायरिया। दो तीन चार दिन अगर खून आता है तो उन्होंने बैसिलरी डिसेंट्री कह देंगे कि वह खून वाली है, वह कई तरह दवाइयां जिहड़ियां डॉक्टर देंदे है ठीक हो जाती है। जो नहीं ठीक होंगी महीने लंघे साल लंघे तो फिर अल्सरेटिव कोलाइटिस है, तो इनू प्रोलोंग नहीं करना चाहिए, यदि हालत बाद बड़ी खस्ता हो जाती। असी की करना है, कोशिश ये करो कि आर्टिफिशियल रंग जिहड़ियां चीज़ां पए हुए आ उन्हें रिजैक्ट कर दो, ना लो। जरूरी नहीं कि वह तुहानू अल्सरेटिव कोलाइटिस करे, वह होर भी नुकसान कर दे। आर्टिफिशियल टेस्ट एनहेंसरस इस वेले बहुत सारे आ गए, वह बोतल बंद ने, वह डब्बा बंद ने, वह पाउच बंद ने, तो साढ़े टेस्ट बड्स नू प्लीज करते जे असी उन्हां तो बच जाइए तो मैं समझा कि बहुत चंगी गल है। 90% लोगों जवानी च कुछ नहीं कहिंदे, लेकिन कुछ लोगों जवानी बचपन च भी लै बैंदे आ, लेकिन कई बार जो लेटर स्टेज पर हुंदा है फिर साढ़े कोल हर तरह का एसिड पैदा होना, एसिड दे नाल रैशेज बननियां, खाना पचदा नहीं, बुरी हालत है शरीर दे विच, सूजन दर्दा, वो सारे कुछ का कारण होई है। कोशिश ये करो कि कुदरत दियां रब दियां दित्तियां होईयां दातां दे विच्चों चूज कर लो, खुशबुआं भी उत्थे हैगियां, रंग भी हैगे, स्वाद भी हैगे, सारे सैलड्स ने, सारे सब्जियां ने, सारे फ्रूट्स ने, रब ने की नहीं दिता होया। हुण असीं गर्म जल ते गर्म मसाले की गल कीती है, सारे रंग स्वाद तसीरां इत्थों मिल जांदियां, कदे नुकसान नहीं करदियां ये चीज़। सो इस करके अल्सरेटिव कोलाइटिस दे जिहड़े कारण ने उन्हां तो असी बच के रहिए हुए ना, कई बार सानू मजबूरी की हालत में खास किस्म दियां हार्श हार्ड दवाइया खानिया पैंदियां जिहड़ियां वो साडे डाइजेस्टिव ट्रैक दे विच जाके मंद प्रभाव पाउंदियां, किसे वेले जख्म हो जाते, किसे वेले अल्सर हो जाते, किसे वेले लगातार एसिडिटी रही है क्योंकि साडा खाण पाण इहो सिया जी, हरी मिर्च, लाल मिर्च, कच्चा लसण, प्याज, तलियां चीज़ां, फ्राइड स्टफ साडा आम रहिंदा, उस वेले भी ये चीज़ां अंदर रैशिज कर दियां, अंदर बीमारी कर दिंदियां। सो अल्सरेटिव कोलाइटिस जिहड़ा आ उह लूज मोशन जदों नाल खून आउंदा होवे, पाक आउंदी होवे, दिन च पांच सत्त वारी, दस वारी, भी वारी भी आउंदा होवे, उस वेले सानू बहुत ही ख्याल जागरूक रहना पैंदा है क्योंकि पछम दे विच इलाज नहीं, जे है आ ते उहदे साइड इफेक्ट्स बहुत ज़्यादा ने, पर इहदे तों निराश कदे नहीं होना, ये ट्रीटेबल है, ये ठीक हो जाता है। लेकिन तुसीं की करना अपने घरों इनिशियल स्टेज पर कोई भी बीमारी पढ़ लीए तो डॉक्टर को जाने की जरूरत नहीं पैंदी, दवाइया लैन की जरूरत नहीं पैंदी, वो चीज़ा असी तुहाडे नाल डिस्कस करते हैं। इनिशियल स्टेज पर अगर यहोजी चीज़ आ गई तो की करना, अजवाइन का काढ़ा, एक चम्मच अजवाइन, एक गिलास पानी या एक कप पानी उहदे च काढ़ के दिन च तीन बारी पीओ, सवेरे दुपहरे शामी, अजवाइन दे विच गुण है, कंस्ट्रिक्शन करती है। नंबर दो, इस बगोल का हस्क, इस बगोल का
छिलका इसबगोल का सक एक चम्मच सवेरे एक चम्मच शामी जिहड़े लूज मोशन वाले की गल कर रहे हैं सिर्फ बाकियां दी अलग करांगे जिथे कितने कब्ज़ है वो अलग करांगे उहदे नाल स्टूल की फॉर्मेशन बन जाएगी क्योंकि वो हस्क है जिहड़ा छिलका है जिहड़ा उहदे विच लैगजिटिव है तो अंदर जाके फुलदा है तो वह जिहड़ा डायरियल स्टूल है उहदे चों रोकथाम करता है सो इस करके अद्धे गिलास ताज़े पानी दे विच एक वड्डा कड़छी वर्गा चम्मच घोल के फुलण तो पहला छेती नाल अंदर सुट्टो राती सौण लग्या तो एक बार सवेरे दो बार ले लो ये दूसरी चीज़ होगी। तीसरी हैगी है बिल। बिल एक फल हुंदा सी पिंडां दे विच आम हर घरां दे विच लगा हुंदा सी एडे एडे मोटे फल लगदे सी अजकल बिल तुहानूं इदां नहीं मिलना बहुत घट मिलेगा लेकिन पंसारी की दुकान तो ग्रॉसरी शॉप तो या ऑनलाइन भी मंगवा सकते हो बिल का चूरण उन्हूं बिलगिरी का चूरण भी कहते हैं क्योंकि बिल दे विच जिहड़ा बी हुंदा है वह ज़्यादा इंपोर्टेंट लेकिन सारे का सारा सुक्का बिल मिल जाए उन्हूं ग्राइंड करके उहदा पाउडर बना के एक चम्मच सवेरे वड्डा चम्मच एक चम्मच शाम एक चम्मच पाउडर दे विच थोड़े जे ड्रॉप्स ने जिहड़े वो पानी दे पा लो तां कि वह पेस्ट बन जाए उन्हूं खाना सौखा होगा गले नूं नहीं लगेगा डस्ट उहदी गले नूं नहीं लगेगी। सो बिल दा चूरण दिन च दो बारी अजवाइन दो तीन बारी इस बोल दा हस्क दो तीन बारी इनिशियल स्टेज ते यही चीज़ां मैनेज हो जांदियां ते जदों ना होवे फिर तो स्पैशलिस्ट कोल डॉक्टर कोल किसी न किसी कोल जाके इहदा प्रबंध करना पएगा लेकिन इहनू कदे प्रलोंग नहीं करना लूज मोशन समझ के नहीं समझना ये भयानक बीमारी है। बिल्कुल ठीक डॉक्टर साहब समा अपने को आखिरी एक मिनट बचा तो मैं एक मिनट के फिर उ दो चीज़ा थोड़े को दोहरा चाहना कि गर्म मसाला तो गर्म जल दोवी कि चीज़ कि पैनी बस वो बोल दौ तो आप समाप्ति करिए। मैं एक बार फिर दोहरा जी गर्म मसाला जड़ा है काली मिर्च 250 ग्राम जीरा 250 ग्राम धनिया 250 ग्राम लौंग 50 ग्राम दालचीनी 50 ग्राम सुंड 100 ग्राम मगा 50 ग्राम मोटी इलायची 100 ग्राम गुलाब पत्ती 50 ग्राम जायफल 20 ग्राम ते जबत्री 30 ग्राम ये तो सी गर्म मसाला 11 चीज़ा तो जड़ा मैं प्रपोर्शन लगाया 1150 ग्राम बनता जे लिया के रखो थोड़ा पीसो वरत लो फिर पीस लो फिर वरत लो इस तरह का सिलसिला रखो ज़्यादा देर नहीं रखना ये एसेंशियल ऑयल उड़ जाते जी। गर्म जल चाह नूं तिलांजली देनी आपां हौली हौली कॉफी नूं तिलांजली देनी है जे आपां दे सकते हैं आने वाली जनरेशन दे टेस्ट बुड्स नूं जिहड़ा है कंडीशन करना पएगा कि साडे बच्चे इहनूं लाइक करन साडी मर्जी है मैं नहीं कहिंदा चॉकलेट बुरा है मैं नहीं कहिंदा कॉफी बुरी है कुछ भी बुरा नहीं डॉक्टर साहब गर्म जल अपने को समा है नहीं अर्जन शाल 500 ग्राम ब्रह्मी 250 ग्राम चंदन बूरा 250 ग्राम बरशाशा 250 ग्राम बिनफशा 250 ग्राम सौंफ 250 ग्राम मुलठी 250 ग्राम लौंग इलाची दालचीनी ते बाजे खताई ये चार चीज़ा 50-50 ग्राम ये 1200 ग्राम का थोड़ा बन जाता जे लेकिन थोड़ा पीसो थोड़ा वरतो ये थोड़े लिए मददगार होएगा। बिल्कुल डॉक्टर साहब तुसी समा कढ़िया जी तुहाडा बहुत धन्यवाद जी थैंक यू सो मच। सो अज दे इस प्रोग्राम दे विच असी आस करदे हां जी कि जिहड़ी चीज़ बड़ी लंबी समय तो तुहाडी डिमांड सी गर्म मसाला ते गर्म जल दी वी पूरी हो गई बाकी जिहड़ियां कुछ बीमारियों नाल संबंधित चीज़ां ने हदायतां ने जां खाण पीण दीआं आदतां ने उहनां दे उप्पर वी आपां गलबात कीती है अपनी फीडबैक साडे तक पहुँचाउंदे रहा करो तो हुण दी इजाज़त गुरप्रीत संधावालिया नूं देखते रहना प्राइम एशिया टीवी तुहाडा अपना तुहाडे लई।